ਮੱਛੀਆਂ, ਘੋਗੇ, ਛਿੱਪੀਆਂ ਸਾਰਾ ਕੁਛ ਦੁਆਰਾ ਜਿਹੜਾ ਹੈ ਬਾਬੇ ਨਾਨਕ ਦੀ ਵੇਂ ਦੇ ਵਿੱਚ ਇਹ ਸ਼ੁਰੂ ਹੋ ਗਿਆ। ਬਾਰਸ਼ਾਂ ਦਾ ਪਾਣੀ ਹੈ, ਇੱਕ ਵਾਰ ਵਗਣਾ ਸ਼ੁਰੂ ਹੋ ਗਿਆ। ਪਹਿਲੀ ਵਾਰੀ ਹੈ ਇਹਨਾਂ ਦਿਨਾਂ ਦੇ ਵਿੱਚ ਇਹ ਵੇਂ ਦੇ ਵਿੱਚ ਕਾਫੀ ਪਾਣੀ ਜਿਹੜਾ ਹੈਗਾ ਵਗ ਰਿਹਾ, ਕਿਉਂਕਿ ਹੁਸ਼ਿਆਰਪੁਰ ਏਰੀਏ 'ਚ ਕਾਫੀ ਬਾਰਸ਼ਾਂ ਹੋਈਆਂ ਅਤੇ ਦਰਿਆ ਦੇ ਵਿੱਚ ਵੀ ਪਾਣੀ ਜ਼ਿਆਦਾ ਹੋਣ ਕਰਕੇ ਅਤੇ ਉੱਤਰ ਕਾਲੀ ਵੇਂ ਦੇ ਵਿੱਚ ਇਸ ਵੇਲੇ ਕਾਫੀ ਪਾਣੀ ਜਿਹੜਾ ਹੈ ਵਗ ਰਿਹਾ। ਤਾਂ ਜੇ ਸ਼ੁਰੂਆਤ ਹੋਈ ਹੈ ਬਾਰਿਸ਼ਾਂ ਦੀ ਤਾਂ ਨਦੀਆਂ ਦਰਿਆ ਹੀ ਜਿਹੜੇ ਹੈ ਕੁਦਰਤੀ ਸਰੋਤ, ਸਾਡੇ ਜਿੰਨੀ ਵੀ ਬਾਰਿਸ਼ ਹੁੰਦੀ ਉਹ ਪਾਣੀ ਵਹਾ ਕੇ ਲੈ ਕੇ ਜਾਂਦਾ ਹੈ। ਜੇਕਰ ਇਹ ਬੰਦ ਹੋ ਜਾਂਦੇ ਆ ਤਾਂ ਫਿਰ ਇਹਨਾਂ ਦਿਨਾਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੜ੍ਹਾਂ ਦੀ ਇਸੇ ਕਰਕੇ ਆਉਂਦੀ ਹੈ। ਜਿਹੜੇ ਅਸੀਂ ਉਹਨਾਂ ਦੇ ਵੇ ਆ ਰਸਤੇ ਆ ਉਹਨਾਂ ਨੂੰ ਅਸੀਂ ਬੰਦ ਕਰ ਦਿੰਦੇ ਹਾਂ। ਸੋ ਇਹ ਕੁਦਰਤੀ ਸਰੋਤ ਜਿਹੜੇ ਹੈ ਅਤੇ ਕੁਦਰਤ ਦੀਆਂ ਦਾਤਾਂ, ਕੁਦਰਤ ਦੀਆਂ ਨਿਆਮਤਾਂ, ਕੁਦਰਤ ਦੀ ਸ੍ਰਿਸ਼ ਜਿਹੜੀ ਹੈ ਰਚਨਾ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ। ਬਾਬੇ ਨਾਨਕ ਦੀ ਪਵਿੱਤਰ ਵੇਈ ਜਿੱਥੋਂ ਧਰਤੀ ਬਾਣੀ ਆਈ ਸਗਲੀ ਚਿੰਤ ਮੱਛੀਆਂ, ਘੋਗੇ, ਛਿੱਪੀਆਂ ਸਾਰਾ ਕੁਛ ਦੁਆਰਾ ਜਿਹੜਾ ਹੈ ਬਾਬੇ ਨਾਨਕ ਦੀ ਵੇਂ ਦੇ ਵਿੱਚ ਇਹ ਸ਼ੁਰੂ ਹੋ ਗਿਆ। ਬਾਰਿਸ਼ਾਂ ਦਾ ਪਾਣੀ ਹੈ, ਇੱਕ ਵਾਰ ਵਗਣਾ ਸ਼ੁਰੂ ਹੋ ਗਿਆ। ਪਹਿਲੀ ਵਾਰੀ ਹੈ ਇਹਨਾਂ ਦਿਨਾਂ ਦੇ ਵਿੱਚ ਇਹ ਵੇਂ ਦੇ ਵਿੱਚ ਕਾਫੀ ਪਾਣੀ ਜਿਹੜਾ ਹੈਗਾ ਵਗ ਰਿਹਾ, ਕਿਉਂਕਿ ਹੁਸ਼ਿਆਰਪੁਰ ਏਰੀਏ 'ਚ ਕਾਫੀ ਬਾਰਿਸ਼ਾਂ ਹੋਈਆਂ ਅਤੇ ਦਰਿਆ ਦੇ ਵਿੱਚ ਵੀ ਪਾਣੀ ਜ਼ਿਆਦਾ ਹੋਣ ਕਰਕੇ ਅਤੇ ਉੱਤਰ ਕਾਲੀ ਵੇਂ ਦੇ ਵਿੱਚ ਇਸ ਵੇਲੇ ਕਾਫੀ ਪਾਣੀ ਜਿਹੜਾ ਹੈ ਵਗ ਰਿਹਾ। ਤਾਂ ਜੇ ਸ਼ੁਰੂਆਤ ਹੋਈ ਹੈ ਬਾਰਿਸ਼ਾਂ ਦੀ ਤਾਂ ਨਦੀਆਂ ਦਰਿਆ ਹੀ ਜਿਹੜੇ ਹੈ ਕੁਦਰਤੀ ਸਰੋਤ, ਸਾਡੇ ਜਿੰਨੀ ਵੀ ਬਾਰਿਸ਼ ਹੁੰਦੀ ਉਹ ਪਾਣੀ ਵਹਾ ਕੇ ਲੈ ਕੇ ਜਾਂਦਾ ਹੈ। ਜੇਕਰ ਇਹ ਬੰਦ ਹੋ ਜਾਂਦੇ ਆ ਤਾਂ ਫਿਰ ਇਹਨਾਂ ਦਿਨਾਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੜ੍ਹਾਂ ਦੀ ਇਸੇ ਕਰਕੇ ਆਉਂਦੇ ਆ। ਜਿਹੜੇ ਅਸੀਂ ਉਹਨਾਂ ਦੇ ਵੇ ਆ ਰਸਤੇ ਆ ਉਹਨਾਂ ਨੂੰ ਅਸੀਂ ਬੰਦ ਕਰ ਦਿੰਦੇ ਹਾਂ। ਸੋ ਇਹ ਕੁਦਰਤੀ ਸਰੋਤ ਜਿਹੜੇ ਹੈ ਅਤੇ ਕੁਦਰਤ ਦੀਆਂ ਦਾਤਾਂ, ਕੁਦਰਤ ਦੀਆਂ ਨਿਆਮਤਾਂ, ਕੁਦਰਤ ਦੀ ਸ੍ਰਿਸ਼ ਜਿਹੜੀ ਹੈ ਰਚਨਾ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ। ਬਾਬੇ ਨਾਨਕ ਦੀ ਪਵਿੱਤਰ ਵੇਈ ਜਿੱਥੋਂ ਧਰਤੀ ਬਾਣੀ ਆਈ ਸਗਲੀ ਚਿੰਤ